ਰੋਡ ਤੋਂ ਧੂਰੀ ਭੇਜ ਦਿੱਤਾ ਗਿਆ ਫਿਰ ਧੂਰੀ ਤੋਂ ਪਟਿਆਲਾ ਭੇਜ ਦਿੱਤਾ ਗਿਆ ਤਾਂ ਹੁਣ ਉਹ ਕਿਤੇ ਨਾ ਕਿਤੇ ਲੱਗ ਰਿਹਾ ਸੀ ਕਿ ਦਾਲ ਪਹਿਲਾਂ ਧੂਰੀ ਨਹੀਂ ਕਰ ਰਹੀ ਸੀ ਪਟਿਆਲਾ ਨਹੀਂ ਕਰ ਰਹੀ ਸੀ ਤਾਂ ਮੈਨੂੰ ਸਰੂਰ ਆਪਣੇ ਹਲਕੇ 'ਚ ਆਉਣਾ ਚਾਹੀਦਾ ਜਿੱਥੋਂ ਤੱਕ ਹਲਕੇ ਦੇ ਵਿੱਚ ਬਤੌਰ ਸੇਵਾਦਾਰ ਵਿਚਰਨ ਦੀ ਗੱਲ ਹੈ ਮੇਰਾ ਖਿਆਲ ਹੈ ਵੀ ਉਹਦੀ ਤਾਂ ਕੋਈ ਗੱਲ ਹੈ ਨਹੀਂ ਸੇਵਾ ਤਾਂ ਕੋਈ ਵੀ ਬੰਦਾ ਹਲਕੇ 'ਚ ਕਰ ਸਕਦਾ ਉਲਟ ਸੇਵਾ ਕਰੋਗੇ ਜਾ ਕੇ ਤਾਂ ਨੁਕਸਾਨ ਤਾਂ ਬਹੁ ਪ੍ਰਕਾਸ਼ਚੰਦ ਗਰਗ ਨੂੰ ਚਲਾਉਣਾ ਪੈ ਸਕਦਾ ਆਪਣੇ ਜ਼ਿੰਮੇਵਾਰੀ ਮੇਰੀ ਵੱਧ ਰਹੀ ਹੈ ਕਿਉਂਕਿ ਹਲਕਾ ਸਰੂਰ ਦੇ ਵਿੱਚ ਖੋਰਾ ਜ਼ਿਆਦਾ ਲੱਗ ਗਿਆ ਨੁਕਸਾਨ ਜ਼ਿਆਦਾ ਹੋ ਗਿਆ ਕਾਡਰ ਖਿੱਲਰ ਗਿਆ ਅੱਜ ਮੈਨੂੰ ਲੋੜ ਹੈ ਕਿ ਮੈਂ ਉਹ ਸਾਰੇ ਕਾਡਰ ਨੂੰ ਜਿਹੜਾ ਖਿੱਲਰ ਗਿਆ ਇੱਧਰ ਉੱਧਰ ਚਲਿਆ ਗਿਆ ਉਹਨੂੰ ਦੁਬਾਰੇ ਮੈਂ ਆਪਣੇ ਕਲਾਵੇ 'ਚ ਲਵਾਂ ਦੁਬਾਰੇ ਪਿਆਰ ਨਾਲ ਉਹਨਾਂ ਨੂੰ ਨੇੜੇ ਲਾਵਾਂ ਦੇਖੋ ਰਾਜਨੀਤੀ ਦੇ ਵਿੱਚ ਹਰ ਚੀਜ਼ ਗਰਭ 'ਚ ਹੈ ਇਹ ਤਾਂ ਦੇਖੋ ਕਲੀਅਰ ਹੀ ਹੁੰਦਾ ਰਾਜਨੀਤੀ ਬਾਰੇ ਆਪਾਂ ਸਮਝਦੇ ਹਾਂ ਜਿੱਥੋਂ ਤੱਕ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਹੈ ਉਹਨਾਂ ਦੀ ਜਿਹੜੀ ਕਾਰਜਸ਼ੈਲੀ ਹੈ ਉਹਨਾਂ ਦਾ ਜਿਹੜਾ ਵਰਕਿੰਗ ਸਟਾਈਲ ਸੀ ਜਾਂ ਉਸ ਸਮੇਂ ਦੇ ਜਿਹੜੇ ਸਾਡੇ ਪੰਥਕ ਸੋਚ ਦੇ ਬੰਦੇ ਸੀਗੇ ਪੁਰਾਣੇ ਜਿਹੜੇ ਬਜ਼ੁਰਗ ਸਾਡੇ ਜਥੇਦਾਰ ਸੀਗੇ ਉਹਨਾਂ ਦਾ ਇੱਕ ਆਪਣਾ ਕਨਸੈਪਟ ਸੀਗਾ ਅਗਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਠੰਡ ਦਾ ਮਾਹੌਲ ਹੈ ਪਰ ਲੇਕਿਨ ਰਾਜਨੀਤਿਕ ਗਰਮੀ ਹੈ ਜਿਹੜੀ ਉਹ ਸਿਖਰ ਦੇ ਉੱਪਰ ਹੈ ਭਾਵੇਂ ਕਿ ਰਾਹੁਲ ਗਾਂਧੀ ਨੇ ਜਿਹੜੇ ਉਹ ਭਾਰਤ ਜੋੜੋ ਯਾਤਰਾ ਲੈ ਕੇ ਪੰਜਾਬ ਆਏ ਹੋਏ ਨੇ ਦੂਜੇ ਪਾਸਰੇ ਆਮ ਆਦਮੀ ਪਾਰਟੀ ਦੀ ਗੱਲਬਾਤ ਕਰੀਏ ਤਾਂ ਉਹ ਵੀ ਵੱਡੇ ਵੱਡੇ ਐਲਾਨ ਕਰੀ ਹੈ ਪਰ ਗੱਲ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਕਿ ਅਕਾਲੀ ਦਲ ਅਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਿਹੜੇ ਉਹ ਆਪਣੀ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਦਿਨ ਰਾਤ ਕਰ ਰਹੇ ਨੇ ਪਰ ਅੱਜ ਗੱਲ ਕਰਾਂਗੇ ਬਾਬੂ ਪ੍ਰਕਾਸ਼ ਚੰਦ ਗਰਗ ਦੀ ਬਾਬੂ ਪ੍ਰਕਾਸ਼ ਚੰਦ ਗਰਗ ਉਹ ਨੇਤਾ ਨੇ ਜਿਹੜੇ ਕਿ ਲੰਮਾ ਸਮਾਂ ਜਿਨ੍ਹਾਂ ਦਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਹੜਾ ਬੀਤ ਰਿਹਾ ਹੈਗਾ ਕਿਉਂਕਿ ਉਹ ਪੰਜਾਬ ਦੇ ਜਿਹੜੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਮਕਾਲੀ ਰਹੇ ਨੇ ਉਹਨਾਂ ਦੇ ਨਾਲ ਉਹਨਾਂ ਨੇ ਉਹਨਾਂ ਦੀ ਸਰਕਾਰ ਸਮੇਂ ਵਿਧਾਇਕ ਰਹੇ ਨੇ ਬੜੇ ਉੱਚੇ ਅਹੁਦਿਆਂ ਦੇ ਉੱਪਰ ਰਹੇ ਨੇ ਰਾਜਨੀਤੀ ਨੂੰ ਚੰਗੀ ਤਰ੍ਹਾਂ ਸਮਝਦੇ ਨੇ ਪਰ ਅੱਜ ਜ਼ਿਕਰ ਇਸ ਲਈ ਹੋ ਰਿਹਾ ਕਿਉਂਕਿ ਅੱਜ ਬਾਬੂ ਪ੍ਰਕਾਸ਼ ਚੰਦ ਗਰਗ ਵੱਲੋਂ ਆਪਣੇ ਕਈ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਗਾ ਬਾਬੂ ਪ੍ਰਕਾਸ਼ ਚੰਦ ਗਰਗ ਪਹਿਲਾਂ ਸੰਗਰੂਰ ਤੋਂ ਵਿਧਾਇਕ ਵੀ ਰਹੇ ਨੇ ਫਿਰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਖਿਲਾਫ ਧੂਰੀ ਤੋਂ ਚੋਣ ਵੀ ਲੜੇ ਨੇ ਅਤੇ ਉਸ ਤੋਂ ਬਾਅਦ ਉਹਨਾਂ ਨੂੰ ਪਟਿਆਲਾ ਜ਼ਿਲ੍ਹਾ ਦਾ ਅਬਜ਼ਰਵਰ ਲਗਾ ਦਿੱਤਾ ਗਿਆ ਸੀ ਹੁਣ ਉਹਨਾਂ ਨੇ ਉੱਥੋਂ ਵੀ ਜਿਹੜਾ ਆਪਣਾ ਅਸਤੀਫਾ ਦੇ ਦਿੱਤਾ ਆਖਿਰਕਾਰ ਅਸਤੀਫਿਆਂ ਦਾ ਕੀ ਕਾਰਨ ਰਿਹਾ ਗੱਲਬਾਤ ਕਰਾਂਗੇ ਬਾਬੂ ਜੀ ਨਾਲ ਬਾਬੂ ਜੀ ਕੀ ਕਾਰਨ ਰਿਹਾ ਇਹ ਜਿਹੜੇ ਅਸਤੀਫੇ ਦੇਣੇ ਪਏ ਦੇਖੋ ਪਿਛਲੇ ਸਮੇਂ ਦੇ ਵਿੱਚ ਪਾਰਟੀ ਹਾਈਕਮਾਂਡ ਦੇ ਹੁਕਮ ਅਨੁਸਾਰ ਮੈਂ ਧੂਰੀ ਤੋਂ ਪਾਰਟੀ ਕੈਂਡੀਡੇਟ ਦੇ ਤੌਰ 'ਤੇ ਕੰਟੈਸਟ ਕੀਤਾ ਸੀਗਾ ਜਿਸ ਦੇ ਕਾਰਨ ਜਿਹੜਾ ਹਲਕਾ ਸੰਗਰੂਰ ਹੈ ਇਹਦੇ ਵਿੱਚ ਵਰਕਰਾਂ 'ਚ ਬਹੁਤ ਨਿਰਾਸ਼ਾ ਆਈ ਕਿਉਂਕਿ ਹਲਕਾ ਸੰਗਰੂਰ ਮੇਰਾ ਜੱਦੀ ਹਲਕਾ ਸੀਗਾ ਹਰ ਪਰਿਵਾਰ ਦੇ ਨਾਲ ਮੇਰੀ ਸਾਂਝ ਸੀ ਅਤੇ ਉਹਦਾ ਨੁਕਸਾਨ ਇਹ ਹੋਇਆ ਕਿ ਪਾਰਟੀ ਦਾ ਜਿਹੜਾ ਕਾਡਰ ਸੀਗਾ ਉਹ ਖਿਲਰ ਗਿਆ ਕੋਈ ਵੱਖ ਵੱਖ ਪਾਰਟੀਆਂ 'ਚ ਚਲੇ ਗਏ ਕੁਛ ਨਿਰਾਸ਼ ਹੋ ਕੇ ਘਰੇ ਬੈਠ ਗਏ ਉਹਦੇ ਨਾਲ ਪਾਰਟੀ ਦਾ ਵੱਡਾ ਨੁਕਸਾਨ ਹੋ ਗਿਆ ਤੁਹਾਡੇ ਧੂਰੀ ਜਾਣ ਦੇ ਕਾਰਨ ਮੇਰੇ ਧੂਰੀ ਜਾਣ ਦੇ ਕਾਰਨ ਲੇਕਿਨ ਧੂਰੀ ਕੰਟੈਸਟ ਕਰਨ ਤੋਂ ਬਾਅਦ ਜਦੋਂ ਸਾਰੇ ਪੰਜਾਬ ਦੇ ਵਿੱਚ ਹੀ ਆਮ ਆਦਮੀ ਪਾਰਟੀ ਦੀ ਹਵਾ ਸੀਗੀ ਤਾਂ ਸਾਰੇ ਵਰਕਰਾਂ ਨੇ ਇਸ ਗੱਲ ਦੇ ਲਈ ਮਜਬੂਰ ਕੀਤਾ ਵਰਕਰਾਂ ਨੇ ਕਿਹਾ ਕਿ ਸਾਡੀਆਂ ਭਾਵਨਾਵਾਂ ਦੇ ਅਨੁਸਾਰ ਤੁਸੀਂ ਸੰਗਰੂਰ ਦੇ ਵਿੱਚ ਕੰਮ ਕਰੋ ਸੋ ਮੈਂ ਹਲਕਾ ਸੰਗਰੂਰ ਦੇ ਵਿੱਚ ਬਤੌਰ ਸੇਵਾਦਾਰ ਕੰਮ ਕਰ ਰਿਹਾ ਅੱਜ ਜਦੋਂ ਵਰਕਰਾਂ ਦੀ ਮੀਟਿੰਗ ਰੱਖੀ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਗਰਗ ਸਾਹਿਬ ਕਾਡਰ ਜਿਹੜਾ ਹੈ ਬਿਲਕੁਲ ਖਿਲਰ ਗਿਆ ਉਹਨੂੰ ਸਾਰੇ ਨੂੰ ਲਾਹਬੰਦ ਕਰਨ ਦੇ ਲਈ ਸਮੇਂ ਦੀ ਬਹੁਤ ਲੋੜ ਹੈ ਜਿਹੜੀਆਂ ਤੁਹਾਡੀਆਂ ਪਾਰਟੀ ਦੇ ਵਿੱਚ ਵੱਡੀਆਂ ਜ਼ਿੰਮੇਵਾਰੀਆਂ ਨੇ ਉਹਦੇ ਲਈ ਜੇ ਤੁਸੀਂ ਸਮਾਂ ਦਿਓਗੇ ਤਾਂ ਹਲਕੇ ਦੇ ਵਿੱਚ ਉਹਨਾਂ ਪ੍ਰੋਪਰ ਆਪਾਂ ਕੰਮ ਨਹੀਂ ਕਰ ਸਕਦੇ ਇਸ ਲਈ ਆਪਣੇ ਸੀਨੀਅਰ ਵਰਕਰ ਜਿਹੜੇ ਮਾਰਕੀਟ ਕਮੇਟੀ ਦੇ ਚੇਅਰਮੈਨ ਨੇ ਨਗਰ ਕੌਂਸਲ ਦੇ ਪ੍ਰਧਾਨ ਨੇ ਹੋਰ ਵੀ ਵੱਡੇ ਜਿਹੜੇ ਸਾਡੇ ਸੀਨੀਅਰ ਆਗੂ ਨੇ ਉਹਨਾਂ ਦੀਆਂ ਭਾਵਨਾਵਾਂ ਦੇ ਅਨੁਸਾਰ ਕਿਉਂਕਿ ਹਲਕਾ ਸੰਗਰੂਰ ਦੇ ਵਿੱਚ ਮੈਂ ਮਸ਼ਰੂਫ ਹਾਂ ਬਿਜ਼ੀ ਹਾਂ ਕਿ ਜਿਹੜੇ ਵੱਡੀਆਂ ਜ਼ਿੰਮੇਵਾਰੀਆਂ ਪਾਰਟੀਆਂ ਨੇ ਉਹਦੇ ਲਈ ਮੈਂ ਸਮਾਂ ਨਹੀਂ ਦੇ ਸਕਦਾ ਇਸ ਲਈ ਜਿਹੜਾ ਮੈਨੂੰ ਪਾਰਟੀ ਨੇ ਜ਼ਿਲ੍ਹਾ ਪਟਿਆਲੇ ਦਾ ਅਬਜ਼ਰਵਰ ਲਾਇਆ ਸੀ ਜਿਹਦੇ ਵਿੱਚ ਪਟਿਆਲਾ ਹਲਕੇ ਦੇ ਜਿਹੜੇ 8 ਅਸੈਂਬਲੀ ਹਲਕੇ ਨੇ ਉਹਨਾਂ ਦੀ ਆਰਗੇਨਾਈਜੇਸ਼ਨ ਜਿਹੜੀ ਹੈ ਉਹਦਾ ਸੈਟਅਪ ਬਣਾਉਣਾ ਸੀਗਾ ਦੂਸਰਾ ਜਿਹੜਾ ਐਡਵਾਈਜ਼ਰੀ ਬੋਰਡ ਦਾ ਮੈਨੂੰ ਮੈਂਬਰ ਬਣਾਇਆ ਉਹ ਵੀ ਪਾਰਟੀ ਦੀ ਚਲੋ ਵੱਡਾ ਬੋਰਡ ਹੈ ਇਸ ਕਰਕੇ ਉਹਨਾਂ ਦੋਵੇਂ ਅਹੁਦਿਆਂ ਤੋਂ ਮੈਂ ਅੱਜ ਰੈਜੀਗੇਸ਼ਨ ਦਿੱਤਾ ਕਿ ਮੈਂ ਸਮਾਂ ਨਹੀਂ ਦੇ ਸਕਦਾ ਕਿਉਂਕਿ ਹਲਕੇ ਦੇ ਵਿੱਚ ਮੈਂ ਜਿਹੜਾ ਹੈ ਬਹੁਤ ਜ਼ਿਆਦਾ ਬਿਜ਼ੀ ਹਾਂ ਹਲਕੇ ਦੇ ਵਿੱਚ ਕੰਮ ਕਰਨ ਦੇ ਲਈ ਮੈਨੂੰ ਸਮੇਂ ਦੀ ਲੋੜ ਹੈ ਅਤੇ ਪਾਰਟੀ ਵਰਕਰਾਂ ਦੀ ਇਹ ਸਾਰਿਆਂ ਦੀ ਜਿਹੜੀ ਭਾਵਨਾ ਵੀ ਨੇ ਇਸ ਕਰਕੇ ਮੈਨੇ ਆਪਣੀਆਂ ਜਿਹੜੀਆਂ ਦੋ ਵੱਡੇ ਅਹੁਦੇ ਸੀਗੇ ਪਾਰਟੀ ਦੇ ਉਹ ਤੋਂ ਮੈਨੇ ਰੈਜੀਗਨੇਸ਼ਨ ਪ੍ਰਧਾਨ ਜੀ ਨੂੰ ਲਿਖਿਆ ਕਿ ਮੈਨੂੰ ਇਹਨਾਂ ਜ਼ਿੰਮੇਵਾਰੀਆਂ ਤੋਂ ਫਾਰਗ ਕੀਤਾ ਜਾਵੇ ਪਰ ਅਸਤੀਫਾ ਤਾਂ ਤੁਸੀਂ ਲਿਖ ਦਿੱਤਾ ਹੈ ਤੁਸੀਂ ਲਿਖ ਦਿੱਤਾ ਕਿ ਨਾਲ ਇਹ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਮੈਂ ਸੰਗਰੂਰ ਦੇ ਵਿੱਚ ਬਿਜ਼ੀ ਹਾਂ ਮੈਂ ਸੰਗਰੂਰ ਦੇ ਵਿੱਚ ਬਿਜ਼ੀ ਰਹਿਣਾ ਚਾਹੁੰਦਾ ਆਪਣੇ ਹਲਕੇ ਦੇ ਵਿੱਚ ਪਰ ਇੱਥੇ ਦੀ ਕਮਾਨ ਤਾਂ ਬਿਨਰਜੀਤ ਗੋਲਡੀ ਨੂੰ ਦੇ ਦਿੱਤੀ ਗਈ ਹੈ ਇੱਥੋਂ ਇਲੈਕਸ਼ਨ ਉਹ ਲੜੇ ਨੇ ਜ਼ਿੰਮੇਵਾਰੀ ਉਹ ਆਪਣੀ ਸਮਝਦੇ ਨੇ ਕਿ ਬਾਬੂ ਪ੍ਰਕਾਸ਼ ਚੰਦ ਗਰਗ ਇਸ ਗੱਲ ਤੋਂ ਵੀ ਨਾਰਾਜ਼ ਨੇ ਕਿ ਪਹਿਲਾਂ ਉਹਨਾਂ ਨੂੰ ਸੰਗਰੂਰ ਤੋਂ ਧੂਰੀ ਭੇਜ ਦਿੱਤਾ ਗਿਆ ਫਿਰ ਧੂਰੀ ਤੋਂ ਪਟਿਆਲਾ ਭੇਜ ਦਿੱਤਾ ਗਿਆ
ਤਾਂ ਹੁਣ ਉਹ ਕਿਤੇ ਨਾ ਕਿਤੇ ਉਹ ਲੱਗ ਰਿਹਾ ਸੀ ਕਿ ਦਾਲ ਪਹਿਲਾਂ ਧੂਰੀ ਨਹੀਂ ਕਰ ਰਹੀ ਸੀ ਪਟਿਆਲਾ ਨਹੀਂ ਕਰ ਰਹੀ ਸੀ ਤਾਂ ਮੈਨੂੰ ਸੰਗਰੂਰ ਆਪਣੇ ਹਲਕੇ 'ਚ ਆਉਣਾ ਚਾਹੀਦਾ। ਦੇਖੋ ਪਾਰਟੀ ਨੇ ਕਿਹਨੂੰ ਹਲਕਾ ਇੰਚਾਰਜ ਲਾਉਣੇ ਇਹ ਸਾਰਾ ਕੁਝ ਪਾਰਟੀ ਪ੍ਰਧਾਨ ਦਾ ਅਧਿਕਾਰ ਹੈ, ਲੇਕਿਨ ਜਿੱਥੋਂ ਤੱਕ ਹਲਕੇ ਦੇ ਵਿੱਚ ਬਤੌਰ ਸੇਵਾਦਾਰ ਵਿਚਰਨ ਦੀ ਗੱਲ ਹੈ, ਮੇਰਾ ਖਿਆਲ ਹੈ ਵੀ ਉਹਦੀ ਤਾਂ ਕੋਈ ਗੱਲ ਹੈ ਨਹੀਂ। ਸੇਵਾ ਤਾਂ ਕੋਈ ਵੀ ਬੰਦਾ ਹਲਕੇ 'ਚ ਕਰ ਸਕਦਾ। ਪਰ ਅਗਰ ਤੁਸੀਂ ਉਲਟ ਸੇਵਾ ਕਰੋਗੇ ਜਾ ਕੇ ਤਾਂ ਨੁਕਸਾਨ ਤਾਂ ਬਹੁ ਪ੍ਰਕਾਸ਼ ਚੰਦ ਗਰਗ ਨੂੰ ਚੱਲਣਾ ਪੈ ਸਕਦਾ। ਨਹੀਂ ਨਹੀਂ ਨਹੀਂ, ਉਲਟ ਸੇਵਾ ਕੀ ਕਰਨੀ ਹੈ, ਪਾਰਟੀ ਵਰਕਰਾਂ ਨੂੰ ਲਾਭਬੰਦ ਕਰਨਾ ਹੈਗਾ। ਦੇਖੋ ਸੇਵਾ ਤਾਂ ਸੇਵਾਦਾਰ ਤਾਂ ਮੈਂ ਪਹਿਲਾਂ ਹੀ ਹਲਕੇ ਦਾ, ਹਲਕੇ ਦਾ ਸੇਵਾਦਾਰ ਤਾਂ ਮੈਂ ਪਹਿਲਾਂ ਹੀ ਹਾਂ ਨਾ। ਫਿਰ ਤੁਹਾਨੂੰ ਅਹੁਦੇ ਛੱਡਣ ਦੀ ਕੀ ਜ਼ਰੂਰਤ ਪੈ ਗਈ? ਆਪਣੇ ਜ਼ਿੰਮੇਵਾਰੀ ਮੇਰੀ ਵੱਧ ਰਹੀ ਹੈ, ਕਿਉਂਕਿ ਹਲਕਾ ਸੰਗਰੂਰ ਦੇ ਵਿੱਚ ਖੋਰਾ ਜ਼ਿਆਦਾ ਲੱਗ ਗਿਆ, ਨੁਕਸਾਨ ਜ਼ਿਆਦਾ ਹੋ ਗਿਆ, ਕਾਡਰ ਫਿਲਰ ਗਿਆ। ਮੈਂ ਉਹੀ ਗੱਲ ਕਰ ਰਿਹਾ ਨਾ ਕਿ ਅਗਰ ਤੁਸੀਂ ਹਲਕਾ ਛੱਡ ਕੇ ਇੱਥੋਂ ਗਏ ਤਾਂ ਦੂਸਰੇ ਇੱਕ ਇਨਸਾਨ ਨੂੰ ਇੱਥੇ ਲਿਆ ਕੇ ਹਲਕਾ ਇੰਚਾਰਜ ਲਗਾਇਆ ਗਿਆ ਜਾਂ ਉਹ ਇੱਥੋਂ ਇਲੈਕਸ਼ਨ ਲੜਿਆ, ਜਾਂ ਕੀ ਉਹ ਜਿਹੜੇ ਤੁਹਾਡੇ ਨਾਲ ਜੁੜੇ ਹੋਏ ਲੋਕ ਸੀ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਹੋ ਜਿਹਨਾਂ ਦਾ, ਕਿ ਉਹਨਾਂ ਨੂੰ ਉਹ ਮਤਲਬ ਕਿ ਇੱਕ ਮੁੱਠੀ 'ਚ ਬੰਦ ਨਹੀਂ ਕਰ ਸਕੇ, ਉਹਨਾਂ ਨੂੰ ਇਕੱਠੇ ਨਹੀਂ ਰੱਖ ਸਕੇ ਉਹ? ਦੇਖੋ ਕੁਦਰਤੀ ਗੱਲ ਹੁੰਦਾ ਹੈ ਕਿ ਅੱਜ ਰਾਜਨੀਤੀ ਦੇ ਵਿੱਚ ਤੁਹਾਡੀ ਕ੍ਰੈਡੀਬਿਲਟੀ, ਤੁਹਾਡਾ ਕਿਰਦਾਰ, ਤੁਹਾਡੀ ਸਾਂਝ, ਤੁਹਾਡੇ ਰਿਲੇਸ਼ਨ ਇਹ ਬਹੁਤ ਜ਼ਿਆਦਾ ਕੰਸੀਡਰ ਕਰਦੇ ਨੇ। ਮੈਂ ਮਹਿਸੂਸ ਕੀਤਾ ਕਿ ਮੇਰੇ ਧੂਰੀ ਜਾਣ ਤੋਂ ਬਾਅਦ ਉਹ ਸਾਰਾ ਜਿਹੜਾ ਕਾਡਰ ਸੀਗਾ ਉਹ ਇਕੱਠਾ ਨਹੀਂ ਰਹਿ ਸਕਿਆ। ਅੱਜ ਮੈਨੂੰ ਲੋੜ ਹੈ ਕਿ ਮੈਂ ਉਹ ਸਾਰੇ ਕਾਡਰ ਨੂੰ ਜਿਹੜਾ ਖਿੱਲਰ ਗਿਆ, ਇੱਧਰ ਉੱਧਰ ਚਲਿਆ ਗਿਆ, ਉਹਨੂੰ ਦੁਬਾਰੇ ਮੈਂ ਆਪਣੇ ਕਲਾਵੇ 'ਚ ਲਵਾਂ, ਦੁਬਾਰੇ ਪਿਆਰ ਨਾਲ ਉਹਨਾਂ ਨੂੰ ਨੇੜੇ ਲਾਵਾਂ। ਇਸ ਕਰਕੇ ਪਾਰਟੀ ਦਾ ਵੱਡਾ ਨੁਕਸਾਨ ਹੋ ਗਿਆ ਨਾ ਜੀ। ਇੱਕ ਚੀਜ਼ ਤਾਂ ਨਹੀਂ ਕਿ ਕਲਾਵੇ 'ਚ ਲੈਂਦੇ ਲੈਂਦੇ ਸਾਰਿਆਂ ਨੂੰ ਨਾਲ ਲੈ ਕੇ ਕਿਸੇ ਹੋਰ ਕਲਾਵੇ 'ਚ ਜਾ ਬੈਠੋ? ਨਹੀਂ, ਕੋਈ ਇਹੋ ਜਿਹੀ ਗੱਲ ਦੇਖੋ ਅਜੇ ਤਾਂ ਕੋਈ ਗੱਲ ਹੈ ਨਹੀਂ। ਬਾਕੀ ਤਾਂ ਦੇਖੋ ਜੀ, ਸਾਰਾ ਕੁਛ ਵਰਕਰਾਂ ਨੇ ਫੈਸਲਾ ਕਰਨਾ ਹੁੰਦਾ ਹੈ ਦੇ ਵਿੱਚ ਕੁਛ। ਦੇਖੋ ਰਾਜਨੀਤੀ ਦੇ ਵਿੱਚ ਹਰ ਚੀਜ਼ ਗਰਭ 'ਚ ਹੈ, ਇਹ ਤਾਂ ਦੇਖੋ ਕਲੀਅਰ ਹੀ ਹੁੰਦਾ, ਰਾਜਨੀਤੀ ਬਾਰੇ ਆਪਾਂ ਸਮਝਦੇ ਹਾਂ। ਲੇਕਿਨ ਇਹ ਹੈ ਵੀ ਜੋ ਅੱਜ ਦੀਆਂ ਗੱਲ ਸੀ ਭਾਵਨਾਵਾਂ, ਮੈਂ ਉਹ ਤੁਹਾਡੇ ਸਾਰੇ ਮੀਡੀਆ ਸਾਹਮਣੇ ਰੱਖੀਆਂ ਨੇਗੀਆਂ। ਬਾਕੀ ਦਾ ਜਿਵੇਂ ਵੀ ਵਰਕਰ ਕੋਈ ਆਉਣ ਵਾਲੇ ਭਵਿੱਖ ਦੇ ਵਿੱਚ ਜਿਸ ਤਰ੍ਹਾਂ ਵੀ ਕੋਈ ਹੈਗਾ, ਦੇਖੋ ਹਰ ਚੀਜ਼ ਵਰਕਰਾਂ ਦੇ ਨਾਲ ਹੈ, ਇਕੱਲਾ ਬੰਦਾ ਕੋਈ ਚੀਜ਼ ਨਹੀਂ। ਰਾਜਨੀਤੀ ਦੇ ਵਿੱਚ ਵਿਅਕਤੀਗਤ ਤਾਂ ਕੋਈ ਬਹੁਤੀ ਜ਼ਿਆਦਾ ਬੰਦੇ ਦੀ ਸਹੀ ਨਹੀਂ। ਤੁਹਾਡਾ ਲੰਮਾ ਤਜਰਬਾ ਰਿਹਾ, ਮੈਂ ਜ਼ਿਕਰ ਕਰਿਆ ਸੀ ਕਿ ਤੁਸੀਂ, ਤੁਹਾਨੂੰ 40 ਸਾਲ ਅਕਾਲੀ ਦਲ ਦੇ ਵਿੱਚ ਹੋ ਗਏ, ਤੁਸੀਂ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਰਹੇ ਹੋਗੇ, ਉਦੋਂ ਦੇ ਅਕਾਲੀ ਦਲ ਅਤੇ ਹੁਣ ਦੇ ਅਕਾਲੀ ਦਲ 'ਚ ਕਿੰਨਾ ਕੁ ਫਰਕ ਦੇਖਦੇ ਹੋ? ਦੇਖੋ ਸਮੇਂ ਨਾਲ ਤਾਂ ਹਰ ਚੀਜ਼ ਦੀ ਤਬਦੀਲੀ ਹੁੰਦੀ ਹੈ। ਜਿੱਥੋਂ ਤੱਕ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਹੈ, ਉਹਨਾਂ ਦੀ ਜਿਹੜੀ ਕਾਰਜ ਸ਼ੈਲੀ ਹੈ, ਉਹਨਾਂ ਦਾ ਜਿਹੜਾ ਵਰਕਿੰਗ ਸਟਾਈਲ ਸੀ, ਜਾਂ ਉਸ ਸਮੇਂ ਦੇ ਜਿਹੜੇ ਸਾਡੇ ਪੰਥਕ ਸੋਚ ਦੇ ਬੰਦੇ ਸੀਗੇ, ਪੁਰਾਣੇ ਜਿਹੜੇ ਬਜ਼ੁਰਗ ਸਾਡੇ ਜਥੇਦਾਰ ਸੀਗੇ, ਉਹਨਾਂ ਦਾ ਇੱਕ ਆਪਣਾ ਕਨਸੈਪਟ ਸੀਗਾ। ਪ੍ਰਧਾਨ ਜੀ ਜਿਹੜੇ ਨੇ ਸਾਡੇ ਸੁਖਬੀਰ ਸਿੰਘ ਬਾਦਲ, ਉਹਨਾਂ ਦੀ ਨਵੀਂ ਸੋਚ ਹੈ, ਨਵੀਂ ਊਰਜਾ ਹੈ, ਨਵੀਂ ਕੋਈ ਉਹਨਾਂ ਦਾ ਜਿਹੜਾ ਹੈਗਾ ਕਨਸੈਪਟ ਹੈ ਉਹਨਾਂ ਦਾ। ਇਸ ਕਰਕੇ ਤਾਂ ਕੁਦਰਤੀ ਗੱਲ ਹੁੰਦਾ ਕਿ ਜਨਰੇਸ਼ਨ ਗੈਪ ਤਾਂ ਹੁੰਦਾ ਹੀ ਹੈ ਨਾ। ਫਿਰ ਨਵੀਂ ਊਰਜਾ ਕੰਮ ਨਹੀਂ ਆ ਰਹੀ, ਜਨਰੇਸ਼ਨ ਗੈਪ ਤਾਂ ਹੁੰਦਾ ਹੀ ਹੈ ਨਾ। ਦੇਖੋ ਹੁਣ ਜਿਹੜੀ ਬਾਦਲ ਸਾਹਿਬ ਵੱਡੇ ਨੇ, ਹੁਣ ਹੋ ਸਕਦਾ ਸਮੇਂ ਦੀ ਲੋੜ ਮੁਤਾਬਕ ਨਵੀਂ, ਹੁਣ ਅੱਜ ਕੱਲ੍ਹ ਤਾਂ ਸੋਸ਼ਲ ਮੀਡੀਆ ਇੰਨਾ ਚੱਲ ਪਿਆ, ਪਹਿਲਾਂ ਸੋਸ਼ਲ ਮੀਡੀਆ ਹੈ ਨਹੀਂ ਸੀਗਾ, ਪਹਿਲਾਂ ਗੈਟ ਟੂਗੈਦਰ ਹੁੰਦੇ ਸੀ ਅਸੀਂ। ਇਸ ਕਰਕੇ ਹੈਗਾ ਵੀ ਇਹ ਤਾਂ ਚਾਮਾ ਕਈ ਵਾਰ ਨਿਕਲ ਕੇ ਆਉਂਦੀਆਂ ਨੇ ਕਿ ਜੋ ਹੁੰਦਾ ਅਕਾਲੀ ਦਲ 'ਚ ਪ੍ਰਧਾਨ ਜੀ ਦੇ ਕਹਿ ਤੋਂ ਹੁੰਦਾ ਗਾ, ਉਹਨਾਂ ਦੇ ਕਹਿ ਵਗੈਰਾ ਪਤਾ ਨਹੀਂ ਹਿਲਦਾ ਕਿ ਸਹੀ ਹੈ। ਦੇਖੋ ਪਾਰਟੀ ਸੁਪਰੀਮ ਤਾਂ ਕੋਈ ਵੀ ਹੋਵੇ, ਉਹ ਤਾਂ ਕੁਦਰਤੀ ਗੱਲ ਹੈ ਕਿ ਸਾਰੇ ਫੈਸਲੇ ਕਰਨ ਦਾ ਅਧਿਕਾਰ ਪਾਰਟੀ ਦੇ ਪ੍ਰਧਾਨ ਕੋਲ ਹੀ ਹੁੰਦਾ, ਉਹ ਕੋਈ ਗੱਲ ਨਹੀਂ ਹੈ। ਉਹ ਤਾਂ ਪਹਿਲਾਂ ਪਾਰਟੀ ਪ੍ਰਧਾਨ ਕੋਈ ਵੀ, ਉਹ ਪ੍ਰਧਾਨ ਜੀ ਦੀ ਹੁੰਦੀ ਹੈ ਕਿ ਉਹ ਕਿਹਦੀ ਰਾਏ ਲੈਣੀ ਹੈ ਜਾਂ ਕਿਹਨੂੰ ਠੀਕ ਯੋਗ ਸਮਝਦੇ ਨੇ, ਉਹ ਤਾਂ ਚੀਜ਼ਾਂ ਪਾਰਟੀ 'ਚ ਦੇਖੋ ਇੱਕ ਦੂਜੇ ਨਾਲ ਵਿਚਾਰ ਵਿਮਰਸ਼ ਤਾਂ ਚੱਲਦਾ ਰਹਿੰਦਾ ਹੈ, ਲੇਕਿਨ ਫੈਸਲੇ ਦਾ ਜਿਹੜਾ ਸਾਰਾ ਅਧਿਕਾਰ ਹੈਗਾ ਉਹ ਪ੍ਰਧਾਨ ਜੀ ਕੋਲ ਹੀ ਹੁੰਦਾ। ਬੀਬੀ ਜਗੀਰ ਕੌਰ ਅਲੱਗ ਹੋਏ, ਇਹ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ ਤੁਸੀਂ? ਕੀ ਲੱਗਦਾ ਕਿ ਤੁਹਾਨੂੰ ਇਸੇ ਚੀਜ਼ਾਂ ਨਾਲ ਜਿਵੇਂ ਤੁਹਾਡੇ ਨਾਲ ਵਿਚਰਿਆ, ਇਸ ਤਰ੍ਹਾਂ ਦਾ ਕੁਛ ਉੱਥੇ ਹੋਇਆ? ਦੇਖੋ ਬੀਬੀ ਜਗੀਰ ਕੌਰ ਦਾ ਤਾਂ ਹੁਣ ਤੁਹਾਡੇ ਸਾਹਮਣੇ ਹੀ ਹੋਇਆ ਹੈਗਾ, ਉਹਦੇ ਬਾਰੇ ਤਾਂ ਮੈਂ ਕੀ ਕਹਿ ਸਕਦਾ। ਜਿੱਥੋਂ ਤੱਕ ਮੈਂ ਤਾਂ ਆਪਣੇ ਦੇਖੋ ਹਲਕਾ ਸੰਗਰੂਰ ਦੀ ਤਾਂ ਇੰਡੀਵਿਜੁਅਲ ਗੱਲ ਹੀ ਕਹਿ ਸਕਦਾ। ਤੁਸੀਂ ਸੁਖਦੇਵ ਸਿੰਘ ਢੀਂਡਸਾ ਨਾਲ ਕਾਫੀ ਸਮਾਂ ਕੰਮ ਕਰਿਆ ਹੈਗਾ, ਉਹ ਵੀ ਤੁਹਾਡੇ ਦੇਖੋ ਨੋ ਡਾਊਟ ਕਿ ਸਰਦਾਰ ਸੁਖਦੇਵ ਸਿੰਘ ਢੀਂਡਸਾ ਦੇ ਨਾਲ ਮੇਰੀ 40 ਸਾਲ ਦੀ ਪਰਿਵਾਰਕ ਅਤੇ ਰਾਜਨੀਤਿਕ ਸਾਂਝ ਰਹੀ ਹੈ। ਲੇਕਿਨ ਜਦੋਂ ਢੀਂਡਸਾ ਸਾਹਿਬ ਅਲੱਗ ਹੋਏ ਉਦੋਂ ਮੈਨੂੰ ਮਹਿਸੂਸ ਹੋ ਰਿਹਾ ਸੀਗਾ ਕਿ ਜਿਹੜਾ ਹੈਗਾ, ਮੈਂ ਢੀਂਡਸਾ ਸਾਹਿਬ ਨੂੰ ਵੀ ਉਸ ਟਾਈਮ ਤਾਂ ਰੋਕਿਆ ਸੀਗਾ, ਉਹਨਾਂ ਲਈ ਕਹਿੰਦੇ ਪ੍ਰਕਾਸ਼ ਸਿੰਘ ਗਰਗ ਉਦੋਂ ਢੀਂਡਸਾ ਸਾਹਿਬ ਦੇ ਨਾਲ ਜਾ ਰਹੇ ਸੀ, ਇਹਨਾਂ ਨੂੰ ਵੀ ਰੋਕਿਆ ਗਿਆ? ਨਹੀਂ, ਮੈਂ ਢੀਂਡਸਾ ਸਾਹਿਬ ਨੂੰ ਰੋਕ ਰਿਹਾ ਸੀਗਾ। ਪਰਮਿੰਦਰ ਸਿੰਘ ਢੀਂਡਸਾ ਮੇਰਾ ਬੇਟਾ ਹੈ, ਅਜੀਜ਼ ਹੈ, ਉਹਨੂੰ ਵੀ ਮੈਂ ਰੋਕ ਰਿਹਾ ਸੀਗਾ ਕਿ ਤੁਸੀਂ ਇਹੋ ਜਿਹਾ ਕੋਈ ਅਜੇ ਡਿਸੀਜਨ ਨਾ ਲਓ। ਤਾਂ ਚਲੋ ਉਹਨਾਂ ਨੂੰ ਉਸ ਟਾਈਮ ਹਾਲਾਤ ਇੱਦਾਂ ਦੇ ਲੱਗੇ। ਦੇਖੋ ਕੀ ਹੁੰਦਾ ਹੈ ਕਿ ਹਰ ਲੀਡਰ ਦਾ ਹਰ ਹਲਕੇ ਦੇ ਅੱਡ ਅੱਡ ਸਮੀਕਰਨ ਨੇ, ਅਤੇ ਮੈਂ ਅੱਜ ਵਰਕਰਾਂ ਦੀ ਗੱਲ ਸੁਣ ਕੇ ਜਿਹੜਾ ਹੈਗਾ
अपनी जिम्मेवारी का एहसास होया कि मैं संगरूर काम करा। मैं उही गल कह रहा कि जिवें तुसीं कह रहे तुसीं इन्ना समां काम करिया भी ढिंडसा साहब की राजनीति से तुहानूं किन्ना क मतलब कि लगता अज की जे अज भी तुसीं देखो भी जो अकाली दल तों अलग होए ने हुण भी राजनीति किवें लगती है तुहानूं की लगता कि तुहानूं वो सही जा रहे ने जां तुहाडा जे अगर तुसीं अज एड्डा बड़ा इस्तीफा दित्ता कल नूं पार्टी दा रिएक्शन भी आउणगे इहदे उप्पर। देखो मैं तुहानूं दस्सां पार्टी दे जिहड़े पोलीटिकल समीकरण ने बदलते रहिंदे ने कल भविख च की होणा किसी भी पार्टी बारे आप कुछ नहीं कह सकते कुछ भी नहीं कह सकते क्योंकि हुण तुसीं देख लो आम आदमी पार्टी हुण लहर च जित्ती अज कहे जे हालात ने है जी बहुत बंदियां दा बीजेपी नहीं रुझान हो गया बीजेपी कि नहीं जाई जांदे ने। एक चीज़ क्लीयर करो कि लोग चर्चावां चल रही थी अज कुछ दिन पहला कि बाबू प्रकाश चंद गर्ग बीजेपी शामिल हो जाएंगे। देखो चर्चा जो कि बाबू प्रकाश चंद गर्ग अकाली दल च रहणगे। देखो मेरी सुनो गल ना कोई बीजेपी च जाण दा चर्चा ना किसी पार्टी च जाण दा चर्चा जे कोई चर्चा कर भी रहा है तो कुदरती गल है कि जो पब्लिक फिगर होंगे उसकी चर्चा पोलिटिकल चर्चावां वाले तुसीं ये कह सकते हो कि मैं अकाली दल छड़ के नहीं जा रहा। देखो मैं बड़ा स्पष्ट हाँ कि मैं अजे पार्टी नहीं छड्डी ठीक है ना जी। मैं अज की घड़ी जो मैं दस कह रहा कि मेरे मैं जो भी फैसला लेना अपनी पार्टी वर्कर के या भावनावान अनुसार ही लेना है। गलबात हुई किसी सीनियर लीडर किसी नेता? देखो लीडर तो मैं पंजाब के सारे ही जानते हैं। कोई ऐसा लीडर नहीं ना अकाली दल का दूजिया पार्टिया के जो सीनियर आगू ने वह भी उन्होंने मेरी जान पहचान सारे नाल ही है इस करके जान पहचान होना उन्होंने गल होनी अलग चीज़ है लेकिन फैसला जो कोई बंदा लेंदा है फैसला हमेशा बंदा अपने साथियों की राय ना लेंदा है व्यक्तिगत राय। साथी की कहते हैं साथियों ने अज कहा कि तुसीं जी संगरूर च कम करो तुहाडे कोल समय की घाट है इस करके जिम्मेवारी वड्डी छड्डो। जो तुसीं ये समस्या भी तो रखी होगी कि पहले ही हलका इंचार्ज उत्थे लगे हुए ने अकाली दल वल्लों अगर कोई समस्या हुंदी है तां फिर हलका तुहाडा डट के खड़ दिंदे नाल हलका इंचार्ज देखो कम करे पर मैं समझदा कि हलका सेवादार दे नाल साडे मैक्सीमम जिहड़े साडे वर्कर ने उह मेरे नाल खड़े ने। अच्छा राजनीतिक तों हट के राजनीतिक अड चलदी आ ते दोस्ती कलक चलती जिवें तुसीं कहा कि ढिंडसा साहब नाल तुहाडी बड़ी प्रेम सी बहुत नेड़े दा दोस्ती हुण इस तों बाद हुण गलबात हुंदी रहिंदी है कि हुण गलबात तां हुण परिवारक तौर ते तां हुंदी रहिंदी है। हुण परमिंदर सिंह ढिंडसा ढिल्ले चल रहे ने उहनां दी स्पेन दे विच स्वेलिंग है ते उह तां हुण सारा दिन साडा रिश्ता है ना। कदों मिल के आए हुण? नहीं देखो साडा ढिंडसा साहब दे नाल परिवारक रिश्ता है कोई छोटा मोटा नहीं है बहुत देर का रिश्ता है। मैं वही गल पूछ रहा मिल के आए हो तुसीं एक दो दिनों दे विच होई है? नहीं 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 कोई कोई ऐसी गल नहीं हुई हैगी कोई आपदे दुख सुख कहते हो सकदे सकदे दुख सुख तां सांझे हुंदे रहिंदे ने चलो सारे नाल ही हुंदे ने। सुखदेव सिंह ढींडसा ने देखो आए तां आए तां बहुत कदे कहा सुखदेव सिंह ढींडसा ने कि तुसीं गग साहब इधर आ जाओ इकट्ठे मिल के काम करदे चलो टाइम दसूगा अस्तीफा दे दिता है क्योंकि उन्होंने लग रहा है कि संगरूर लिए समा नहीं दे सकते पर राजनीति है राजनीति में कुछ भी हो सकता आने वाले समय के बाबू प्रकाश चंद गर्ग अकाली दल के जुड़े रहते हैं जां फिर चर्चावां जिहड़ियां हो रही ने वो सही होंदिया ने जां फिर इन्हां खबरां दे उपर विराम लगता है आने वाला समा दसेगा। विक्की बुलर पंजाब तक संगरूर।